अपना नाम दस के अज सिंह साहब नु तुसी मिले की कहना चाहते हो राजेवाल प्रधान भारतीय किसान यूनियन जथेदार श्री अकाल तख्त साहब ने पिछले दिन साढ़े अंदोलन के संबंध च सारे सिख जगत नु अपील की है पिओ दी हमायत ते आउण असीं अज उन्हां दा धन्नवाद करन आए सी नाल ही उन्हां नु एक बेनती की है भी एक अपील होर करो असीं हुण तक इस अंदोलन नु शांतमई रखिया पौने दो महीने तो अंदोलन चलता है सारे रेलां बंद ने थां थां मॉल बंद ने असी जिहड़े टोल प्लाजे ने बंद रखे हुए ने सारा पीसफुली चल रहा है हुण जदों उन्हां दी उन्होंने अपील की है एक साडा फैसला सी ਵੀ ਅਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਸਟੇਜ ਸਾਂਝੀ ਨਹੀਂ ਸੀ ਕਰਦੇ ਕਿ ਉਹਨਾਂ ਦਾ ਝੰਡਾ ਨਹੀਂ ਸੀ ਲੱਗਣ ਦਿੰਦੇ ਸਿਰਫ ਜਥੇਬੰਦੀਆਂ ਦੇ ਝੰਡੇ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਵੀ ਅਪੀਲ ਕਰ ਦਿਓ ਵੀ ਜੇ ਉਹ ਆਉਣਗੇ ਤਾਂ ਪਹਿਲਾਂ ਵਾਂਗ ਹੀ ਨਾ ਉਹਨਾਂ ਦਾ ਝੰਡਾ ਤੇ ਨਾ ਸਟੇਜ ਸ਼ੇਅਰ ਕਰਨੀ ਇਹ ਸਾਡਾ ਫੈਸਲਾ ਪੱਕਾ ਹੈ ਤੇ ਜੇ ਕਿਸੇ ਨੇ ਆਉਣਾ ਤਾਂ ਪੀਸਫੁਲ ਰਹਿ ਕੇ ਸਾਡੀ ਹਮਾਇਤ ਕਰੇ ਨਹੀਂ ਸਾਨੂੰ ਆਪਣਾ ਅੰਦੋਲਨ ਆਪ ਲੜਨ ਦਿਓ ਅਸੀਂ ਇਹਨੂੰ ਵਾਇਲੈਂਟ ਕਿਸੇ ਕੀਮਤ ਤੇ ਨਹੀਂ ਹੋਣ ਦੇਣਾ ਇਸ ਕਰਕੇ ਉਹਨਾਂ ਨੂੰ ਕਿਹਾ ਵੀ ਇੱਕ ਅਪੀਲ ਇਹ ਵੀ ਕਰੋ ਲੋਕਾਂ ਨੂੰ ਜਿਹਨੇ ਹਮਾਇਤ ਕਰਨੀ ਹੈ ਉਹ ਸ਼ਾਂਤ ਮਈ ਰਹਿ ਕੇ ਹਮਾਇਤ ਜਿਹੜਾ 26-27 ਦਾ ਪ੍ਰੋਗਰਾਮ ਹੈ ਜੀ ਉੱਥੇ ਸਰਕਾਰ ਜਿਹੜਾ ਤੁਹਾਨੂੰ ਲੱਗਦੀ ਕਿ ਉਹ ਤੁਹਾਨੂੰ ਦਿੱਲੀ ਤੱਕ ਪਹੁੰਚ ਕਰਨ ਦੇ ਦੇਖੋ ਜੀ ਅਸੀਂ ਬੜਾ ਸਪਸ਼ਟ ਕਹਿ ਰਹੇ ਹਾਂ ਸਰਕਾਰ ਨੂੰ ਮੀਟਿੰਗ 'ਚ ਵੀ ਜੇ ਤੁਸੀਂ ਉਹਨਾਂ ਨੇ ਸਾਨੂੰ ਮਨਜ਼ੂਰੀ ਨਹੀਂ ਦਿੱਤੀ ਦਿੱਲੀ ਵਿੱਚ ਰੈਲੀ ਕਰਨ ਦੀ ਰਾਮਲੀਲਾ ਮੈਦਾਨ ਦੀ ਮਨਜ਼ੂਰੀ ਮਿਲ ਗਈ ਸੀ ਹੋਮ ਡਿਪਾਰਟਮੈਂਟ ਨੇ ਸਾਨੂੰ ਮਨਜ਼ੂਰੀ ਨਹੀਂ ਦਿੱਤੀ ਬੜਾ ਸਪਸ਼ਟ ਹੈ ਵੀ ਉਹਨਾਂ ਨੇ ਸਾਨੂੰ ਉੱਥੇ ਨਹੀਂ ਜਾਣ ਦੇਣਾ ਪਰ ਅਸੀਂ ਤੈਅ ਕਰ ਲਿਆ ਸਾਰੇ ਦੇਸ਼ ਵਿੱਚੋਂ ਜਿਹੜੇ ਕਿਸਾਨ ਆਉਣਗੇ ਦਿੱਲੀ ਬਾਰਡਰ ਤੇ ਆਲੇ ਦੁਆਲੇ ਉਹ ਸਾਰੇ ਇਕੱਠੇ ਹੋ ਕੇ ਦਿੱਲੀ ਨੂੰ ਬਲੌਕ ਕਰਨਗੇ ਤੇ ਪੰਜਾਬ ਨੂੰ ਜੇ ਹਰਿਆਣੇ ਤੋਂ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਜਾਊਗਾ ਅਸੀਂ ਪੰਜਾਬ ਤੋਂ ਜਿੰਨੀਆਂ ਸੜਕਾਂ ਹਰਿਆਣੇ ਨੂੰ ਜਾਂਦੀਆਂ ਉਹ ਸਾਰੀਆਂ ਬਲੌਕ ਕਰਾਂਗੇ ਇਹ ਸਾਡਾ ਓਪਨ ਚੈਲੰਜ ਹੈ ਕਿੰਨਾ ਕੁ ਚਿਰ ਚੱਲੇਗਾ ਜੀ ਅੰਦੋਲਨ ਤੁਹਾਡਾ ਇਹ ਕਹਿ ਨਹੀਂ ਸਕਦੇ ਉਹ ਜਦੋਂ ਅਸੀਂ 26 ਤਾਰੀਖ ਤੋਂ ਬੈਠ ਗਏ ਅਣਮਿੱਥੇ ਸਮੇਂ ਤੱਕ ਫਿਰ ਉੱਥੇ ਹੀ ਲੰਗਰ ਉੱਥੇ ਹੀ ਦਿਨ ਰਾਤ ਬੈਠਾਂਗੇ